ਮੰਦਿਰ ਦੇ ਦਾਨ ਬਾਕਸ ਤੋਂ ਨਿਕਲੇ ਇੰਨੇ ਪੈਸੇ ਤੁਸੀਂ ਦੇਖ ਕੇ ਰਹਿ ਜਾਓਗੇ ਹੈਰਾਨ। ਹਰ ਮਹੀਨੇ ਖੋਲੇ ਜਾਂਦੇ ਹਨ ਇਸ ਦਾਨ ਬਾਕਸ ਨੂੰ, ਜਿਸਦੇ ਵਿੱਚੋਂ ਨਿਕਲਦੇ ਹਨ ਕਰੋੜੋਂ ਰੁਪਏ ਤੇ ਸੋਨੇ ਦੇ ਗਹਿਣੇ। ਰਾਜਸਥਾਨ ਦੇ ਇਸ ਮੰਦਿਰ ਦੇ ਦਾਨ ਬਾਕਸ ਤੋਂ ਨਿਕਲੇ ਪੈਸਿਆਂ ਦੀ ਕਈ ਰਾਊਂਡ ਦੇ ਵਿੱਚ ਹੁੰਦੀ ਹੈ ਗਿਣਤੀ। ਦੱਸ ਦਈਏ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਪ੍ਰਸਿੱਧ ਕ੍ਰਿਸ਼ਨ ਧਾਮ ਸਾਵਰੀਆ ਸੇਠ ਮੰਦਿਰ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਤੇ ਭਗਵਾਨ ਦੇ ਚਰਨਾਂ ਵਿੱਚ ਚੜਾਵਾ ਚੜਾਉਂਦੇ ਹਨ। ਮੰਦਿਰ ਦਾ ਖਜ਼ਾਨਾ ਭਾਵ ਦਾਨ ਬਾਕਸ ਹਰ ਮਹੀਨੇ ਖੋਲਿਆ ਜਾਂਦਾ ਹੈ, ਜਿਸ ਵਿੱਚੋਂ ਕਰੋੜਾਂ ਰੁਪਏ ਦੀ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਨਿਕਲਦੇ ਹਨ। ਇਸ ਵਾਰ ਵੀ ਖੁੱਲੇ ਦਾਨ ਬਾਕਸ ਵਿੱਚੋਂ ਨਗਦੀ, ਸੋਨੇ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਬਿਸਕਿਟ ਵੀ ਮਿਲੇ ਹਨ। ਨਗਦੀ ਦੀ ਗੱਲ ਕਰੀਏ ਤਾਂ ਕਰੀਬ 17 ਕਰੋੜ ਰੁਪਏ ਅਤੇ ਕੁੱਲ 15 ਸੋਨੇ ਦੇ ਬਿਸਕਿਟ ਮਿਲੇ ਹਨ। ਗਿਣਤੀ ਦੇ 4 ਰਾਊਂਡ ਦੇ ਵਿੱਚ ਇਹ ਰਕਮ ਸਾਹਮਣੇ ਆਈ ਹੈ, ਹਲੇ ਬਾਕੀ ਰਾਊਂਡ ਦੀ ਗਿਣਤੀ ਜਾਰੀ ਨਹੀਂ ਕੀਤੀ ਗਈ ਹੈ। ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ, ਆਪਣੀ ਰਾਏ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸੋ। ਮੰਦਿਰ ਦੇ ਦਾਨ ਬਾਕਸ ਤੋਂ ਨਿਕਲੇ ਇੰਨੇ ਪੈਸੇ ਤੁਸੀਂ ਦੇਖ ਕੇ ਰਹਿ ਜਾਓਗੇ ਹੈਰਾਨ। ਹਰ ਮਹੀਨੇ ਖੋਲੇ ਜਾਂਦੇ ਹਨ ਇਸ ਦਾਨ ਬਾਕਸ ਨੂੰ, ਜਿਸਦੇ ਵਿੱਚੋਂ ਨਿਕਲਦੇ ਹਨ ਕਰੋੜੋਂ ਰੁਪਏ ਤੇ ਸੋਨੇ ਦੇ ਗਹਿਣੇ। ਰਾਜਸਥਾਨ ਦੇ ਇਸ ਮੰਦਿਰ ਦੇ ਦਾਨ ਬਾਕਸ ਤੋਂ ਨਿਕਲੇ ਪੈਸਿਆਂ ਦੀ ਕਈ ਰਾਊਂਡ ਦੇ ਵਿੱਚ ਹੁੰਦੀ ਹੈ ਗਿਣਤੀ। ਦੱਸ ਦਈਏ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਪ੍ਰਸਿੱਧ ਕ੍ਰਿਸ਼ਨ ਧਾਮ ਸਾਵਰੀਆ ਸੇਠ ਮੰਦਿਰ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਤੇ ਭਗਵਾਨ ਦੇ ਚਰਨਾਂ ਵਿੱਚ ਚੜਾਵਾ ਚੜਾਉਂਦੇ ਹਨ। ਮੰਦਿਰ ਦਾ ਖਜ਼ਾਨਾ ਭਾਵ ਦਾਨ ਬਾਕਸ ਹਰ ਮਹੀਨੇ ਖੋਲਿਆ ਜਾਂਦਾ ਹੈ, ਜਿਸ ਵਿੱਚੋਂ ਕਰੋੜਾਂ ਰੁਪਏ ਦੀ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਨਿਕਲਦੇ ਹਨ। ਇਸ ਵਾਰ ਵੀ ਖੁੱਲੇ ਦਾਨ ਬਾਕਸ ਵਿੱਚੋਂ ਨਗਦੀ, ਸੋਨੇ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਬਿਸਕਿਟ ਵੀ ਮਿਲੇ ਹਨ। ਨਗਦੀ ਦੀ ਗੱਲ ਕਰੀਏ ਤਾਂ ਕਰੀਬ 17 ਕਰੋੜ ਰੁਪਏ ਅਤੇ ਕੁੱਲ 15 ਸੋਨੇ ਦੇ ਬਿਸਕਿਟ ਮਿਲੇ ਹਨ। ਗਿਣਤੀ ਦੇ 4 ਰਾਊਂਡ ਦੇ ਵਿੱਚ ਇਹ ਰਕਮ ਸਾਹਮਣੇ ਆਈ ਹੈ, ਹਲੇ ਬਾਕੀ ਰਾਊਂਡ ਦੀ ਗਿਣਤੀ ਜਾਰੀ ਨਹੀਂ ਕੀਤੀ ਗਈ ਹੈ। ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ, ਆਪਣੀ ਰਾਏ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸੋ। ਮੰਦਿਰ ਦੇ ਦਾਨ ਬਾਕਸ ਤੋਂ ਨਿਕਲੇ ਇੰਨੇ ਪੈਸੇ ਤੁਸੀਂ ਦੇਖ ਕੇ ਰਹਿ ਜਾਓਗੇ ਹੈਰਾਨ। ਹਰ ਮਹੀਨੇ ਖੋਲੇ ਜਾਂਦੇ ਹਨ ਇਸ ਦਾਨ ਬਾਕਸ ਨੂੰ, ਜਿਸਦੇ ਵਿੱਚੋਂ ਨਿਕਲਦੇ ਹਨ ਕਰੋੜੋਂ ਰੁਪਏ ਤੇ ਸੋਨੇ ਦੇ ਗਹਿਣੇ। ਰਾਜਸਥਾਨ ਦੇ ਇਸ ਮੰਦਿਰ ਦੇ ਦਾਨ ਬਾਕਸ ਤੋਂ ਨਿਕਲੇ ਪੈਸਿਆਂ ਦੀ ਕਈ ਰਾਊਂਡ ਦੇ ਵਿੱਚ ਹੁੰਦੀ ਹੈ ਗਿਣਤੀ। ਦੱਸ ਦਈਏ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਪ੍ਰਸਿੱਧ ਕ੍ਰਿਸ਼ਨ ਧਾਮ ਸਾਵਰੀਆ ਸੇਠ ਮੰਦਿਰ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਤੇ ਭਗਵਾਨ ਦੇ ਚਰਨਾਂ ਵਿੱਚ ਚੜਾਵਾ ਚੜਾਉਂਦੇ ਹਨ। ਮੰਦਿਰ ਦਾ ਖਜ਼ਾਨਾ ਭਾਵ ਦਾਨ ਬਾਕਸ ਹਰ ਮਹੀਨੇ ਖੋਲਿਆ ਜਾਂਦਾ ਹੈ, ਜਿਸ ਵਿੱਚੋਂ ਕਰੋੜਾਂ ਰੁਪਏ ਦੀ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਨਿਕਲਦੇ ਹਨ। ਇਸ ਵਾਰ ਵੀ ਖੁੱਲੇ ਦਾਨ ਬਾਕਸ ਵਿੱਚੋਂ ਨਗਦੀ, ਸੋਨੇ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਬਿਸਕਿਟ ਵੀ ਮਿਲੇ ਹਨ। ਨਗਦੀ ਦੀ ਗੱਲ ਕਰੀਏ ਤਾਂ ਕਰੀਬ 17 ਕਰੋੜ ਰੁਪਏ ਅਤੇ ਕੁੱਲ 15 ਸੋਨੇ ਦੇ ਬਿਸਕਿਟ ਮਿਲੇ ਹਨ। ਗਿਣਤੀ ਦੇ 4 ਰਾਊਂਡ ਦੇ ਵਿੱਚ ਇਹ ਰਕਮ ਸਾਹਮਣੇ ਆਈ ਹੈ, ਹਲੇ ਬਾਕੀ ਰਾਊਂਡ ਦੀ ਗਿਣਤੀ ਜਾਰੀ ਨਹੀਂ ਕੀਤੀ ਗਈ ਹੈ। ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ, ਆਪਣੀ ਰਾਏ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸੋ।